ਗਾਇਸ ਏਅਰਪੋਰਟ ਰੋਡ ਨੂੰ ਪੈ ਚੁੱਕੇ ਆ ਜਿਹੜਾ ਜਾਣ ਵਾਲਾ ਉਹ ਐਕਸਾਈਟਿਡ ਹੈ ਜਿਹੜੇ ਇੱਥੇ ਰਹੇ ਨੇ ਆ ਉਹ ਥੋੜੇ ਮਹਿਸੂਸ ਨੇ ਵੈਲਕਮ ਬੈਕ ਟੂ ਦੀ ਚੈਨਲ ਹੋਪ ਯੂ ਆਰ ਡੂਇੰਗ ਵੈਲ ਯਾਰ ਆਪਣਾ ਗਾਈਡ ਮੈਨ ਮੇਨ ਮੈਨ ਯਾਰਾਂ ਦਾ ਯਾਰ ਜਿਗਰੀ ਯਾਰ ਜੋ ਵੀ ਕੰਮ ਹੋਣਾ ਚੱਬੇ ਨੂੰ ਬੋਲਣਾ ਚੱਬੇ ਇੱਦਾਂ ਚੱਬੇ ਉੱਦਾਂ ਚੱਬੇ ਇੱਦਾਂ ਅੱਜ ਚੱਬਾ ਚੱਲਿਆ ਹੁਣ ਕਿੱਥੇ ਫੋਨ ਲਾਉਣੇ ਹਨ ਸਾਰੇ ਕੰਮ ਆਪ ਹੀ ਕਰਨੇ ਪੈਣੇ ਯਾਰ ਹੀ ਤੇ ਜਿਹੜੇ ਗਾਈਜ਼ ਕੰਮ ਆਉਂਦੇ ਨੇ ਹੁਣ ਗਿਣਤੀ ਦੇ ਤਿੰਨ ਚਾਰ ਹੈਗੇ ਆ ਇੱਕ ਆਸਟ੍ਰੇਲੀਆ ਬੈਠਾ ਇੱਕ ਕੈਨੇਡਾ ਚੱਲਿਆ ਇੱਕ ਨੇ ਵੀ ਹੌਲੀ ਜਿਹੀ ਨਿਕਲ ਜਾਣਾ ਬਸ ਮੈਂ ਇਕੱਲੇ ਰਹਿ ਜਾਣਾ ਉਹਨਾਂ ਨੂੰ ਛੱਡਣ ਚੱਲੇ ਹਾਂ ਟਫ ਡੇ ਆ ਚਲੋ ਯਾਰ ਕੀ ਕਰਨਾ ਹੁਣ ਲਾਈਫ ਵਧੀਆ ਬਣਾਉਣ ਲਈ ਇੰਨਾ ਸੰਘਰਸ਼ ਤਾਂ ਕਰਨਾ ਹੀ ਪਏਗਾ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ 'ਤੇ ਜਾਣਾ ਹੀ ਪਏਗਾ ਚੱਲ ਜੋ ਤੇਰੀ ਵੀਡੀਓ ਬਣਾਉਣਾ ਸਾਈਡ ਜਿਹਾ ਗਾਣਾ ਲਾ ਦਾਂਗੇ ਮਗਰ ਆਂਟੀ ਰੋਣਾ ਨਹੀਂ ਆ ਹੋ ਜਾਂਦਾ ਆਂਟੀ ਫਿਰ ਵੀ ਰੋ ਭੇਜ ਦੇ ਚੱਲ ਜੱਬਿਆ ਨਿਕਲ ਫਿਰ ਹੌਲੇ ਹੌਲੇ ਮੁੰਡਾ ਭਾਈ ਰੋਊਗਾ ਕਿ ਨਹੀਂ ਰੋ ਪਿਆ ਹਾਂ ਥੋੜ੍ਹਾ ਥੋੜ੍ਹਾ ਰੋਣ ਦਿਆ ਅੱਖਾਂ ਲਾਲ ਜਿਹੀਆਂ ਲੱਗਣ ਦੀਆਂ ਹਾਂ ਅੰਦਰ ਰੋਣ ਦਿਆ ਉਹ ਮੈਨੂੰ ਬੜਾ ਹੁੰਦਾ ਯਾਰ ਬਾਏ ਬਾਏ ਸੀ ਯੂ ਚਲੋ ਜੀ ਗਾਈਸ ਇੱਕ ਹੋਰ ਬੰਦਾ ਆਪਣੇ ਵਤਨਾਂ ਨੂੰ ਛੱਡ ਕੇ ਦੂਜੇ ਵਤਨਾਂ 'ਚ ਪਹੁੰਚਦਾ ਹੋਇਆ ਚਲੋ ਆਪਾਂ ਵੀ ਚੱਲੀਏ ਹੁਣ ਆਪਣੇ ਵਤਨਾਂ 'ਤੇ ਕੰਮ 'ਤੇ ਫਿਰ ਤੁਹਾਨੂੰ ਮਿਲਦੇ ਆ ਕੰਟੀਨਿਊ ਦਾ ਰੈਸਟ ਬਲੋਗ ਦੇਣਾ ਸਾਈਡ 'ਤੇ ਸ਼ੁਰੂਆਤ ਹੀ ਸਾਈਡ 'ਚ ਹੀ ਬਲੋਗ ਸਾਰਾ ਬੰਦਾ ਸਾਈਡ ਵਾਲਾ ਹੀ ਰਹੇਗਾ ਕੱਲ੍ਹ ਹੀ ਮਿਲਾਂਗੇ ਯਾਰ ਅੱਜ ਮੈਂ ਜ਼ਰੂਰੀ ਕੰਮ 'ਤੇ ਆਪਣੇ ਚੱਲਿਆ ਅੱਜ ਕੱਲ੍ਹ ਥੋੜ੍ਹਾ ਬਿਜ਼ੀ ਹਾਂ ਤਾਂ ਕਰਕੇ ਵਲੋਗ ਨਹੀਂ ਆ ਰਹੇ ਗਾਈਸ ਟੂ ਕੰਟੀਨਿਊ ਦਾ ਰੈਸਟ ਆਫ ਵਲੋਗ ਅੱਜ ਚੱਲੇ ਆਪਾਂ ਵਾਇਰਲ ਐਡਵੋਕੇਟ ਵਾਲੀ ਮੈਡਮ ਕੋਲ ਉਹਦੀ ਪੇਸਟੀ ਖਾਣ ਅੱਗੇ ਮੈਂ ਵੈਸੇ ਮੈਂ ਸ਼ੱਬਾ ਭਾਲੂ ਉਹਦੇ ਬਰਥਡੇ 'ਤੇ ਆਪਾਂ ਟਰਾਈ ਕਰ ਚੁੱਕੇ ਹਾਂ ਵਧੀਆ ਪੇਸਟੀ ਆ ਜੈਨੂਇਨ ਰੇਟ ਦੇ ਆ ਵਾਟ ਰੈਗੂਲਰ ਹੁਣ ਕੈਨੇਡਾ ਦੀ ਪੇਸਟੀਆਂ ਟਰਾਈ ਕਰਨ ਪੇ ਉੱਥੇ ਦੀਆਂ ਪੇਸਟੀਆਂ ਟਰਾਈ ਕਰਨ ਦਾ ਸ਼ੱਬਾ ਪਹੁੰਚ ਗਿਆ ਆਲ ਫਾਈਨ ਆਲ ਗੁੱਡ ਆ ਚਲੋ ਹਾਂ ਉਹੀ ਵੀਡੀਓ ਕੰਟੀਨਿਊ ਕੀਤੀ ਹੈ ਹੁਣ ਆਪਾਂ ਖਾ ਕੇ ਇਹਦੇ ਪਲਾਸਾਂ ਨੂੰ ਟੇਸਟ ਕਰਾ ਕੇ ਜੀ ਹੈ ਗੱਲਬਾਤ ਕਿ ਨਹੀਂ ਮੈਂ ਹੈ ਗੱਲਬਾਤ ਬਸ ਸਹੀ ਹੈ ਵਾਇਰਲ ਮੈਡਮ ਦੀ ਪੇਸਟੀ ਖਾਣੀ ਕੋਈ ਨਿੱਕੀ ਮੋਟੀ ਪੇਸਟੀ ਖਾਣ ਚੱਲੇ ਜੀ ਕੇਕ ਖਾਏਗਾ ਪੁੱਤੂ ਕੌਣ ਸਾ ਵਾਲਾ ਖਾਏਗਾ ਇਹ ਵਾਲਾ ਕਿ ਉਹ ਵਾਲਾ ਡੈਣੀ ਡੈਣੀ ਕਾਲਾ ਪਿਆ ਮੈਨੂੰ ਲੋਟਸ ਬਿਸਕੋਫਾ ਚ ਨਾ ਕਿਹੜਾ ਐਡਵੋਕੇਟ ਮੈਡਮ ਹੈ ਬੜੀ ਮੈਂ ਤੁਹਾਨੂੰ ਕਿਹਾ ਘੈਂਟ ਹੀ ਪੇਸਟ ਐਂਡ ਕੰਮ ਹੀ ਲੇਕਿਨ ਥੋੜਾ ਐਕਸਪੈਂਸਿਵ ਪੇਸਟੀ ਬੜੀ ਮਹਿੰਗੀ ਨੋਟੇਲਾ ਵਾਲੀ ਖਾਧੀ 170 ਦੀ ਪੇਸਟੀ ਆ ਚੀਜ਼ ਕੇ ਪਰ ਆਈ ਬਹੁਤ ਘੈਂਟ ਹੀ ਨਹੀਂ ਆਪਾਂ ਜਿੰਨੇ ਵੀ ਉਹ ਚੀਜ਼ ਕੇ ਖਾਧੇ ਬੜੇ ਹੈਵੀ ਹੈਵੀ ਹਾਂ ਇੱਕ ਆਪਾਂ ਬਰੋਨੀ ਪੈਕ ਕਰਾ ਲਈ ਆ ਹੁਣ ਨੈਕਸਟ ਨੈਕਸਟ ਵਾਇਰਲ ਬੰਦੇ ਕੋਲ ਚੱਲੀਏ ਅੱਜ ਸਾਰੇ ਵਾਇਰਲ ਬੰਦੇ ਟਰਾਈ ਕਰਨੇ ਆ ਸਾਡੇ ਘਰ ਲਾਗੇ ਵੀ ਇੱਕ ਵਾਇਰਲ ਹੈਗਾ ਬਹੁਤ ਵਾਇਰਲ ਆਹੋ ਕੌਫੀ ਵਾਲਾ ਵੀ ਵਾਇਰਲ ਹੈਗਾ ਜੀ ਉਹ ਫਿਰ ਕਿਸੇ ਦਿਨ ਮੈਂ ਅੱਗੇ ਕਰਦਾ ਫਿਰ ਅੱਜ ਫਲੇਵਰ ਯੋਗਰਟ ਘੈਂਟ ਹੀ ਘੈਂਟ ਆ ਸਭ ਕੁਝ ਲੇਕਿਨ ਯਾਰ ਮੈਨੂੰ ਨਾ ਥੋੜਾ ਜਿਹਾ ਪ੍ਰਾਈਸ ਹਾਈ ਲੱਗਦੇ ਆ ਪਲੱਸ ਕਿਉਂਕਿ ਯਾਰ 170 ਰੁਪਏ ਦੀ ਨਿਊਟ੍ਰੀਲਾ ਪੇਸਟੀ ਮੈਨੂੰ ਨੀ ਸਮਝ ਆਉਂਦੀ ਕਿਉਂਕਿ ਇਹਨਾਂ ਦਾ ਕਿਹੜਾ ਖਰਚਾ ਹੁੰਦਾ ਹੈ ਕਿਹੜਾ ਕੋਈ ਰੈਸਟੋਰੈਂਟ ਪਾਇਆ ਕਿਹੜਾ ਕੋਈ ਸਟਾਫ ਹੈ ਹਨਾ ਬਸ ਟੇਬਲ ਲਿਆ ਕੇ ਤੇ ਰੱਖਤਾ ਇਹ ਥੋੜਾ ਐਕਸਪੈਂਸਿਵ ਆ ਬਾਕੀ ਚਲੋ ਟਰਾਈ ਕਰਨੇ ਹੈਗੇ ਸਵਾਦ ਆ ਇਹ ਨਹੀਂ ਕੀ ਹਾਂ ਇੱਕ ਆਪਾਂ ਬਰਾਊਨੀ ਪੈਕ ਕਰਾ ਲਈ ਇੱਕ ਆਪਾਂ ਡੋਨਟ ਪੈਕ ਕਰਾ ਲਿਆ ਹੁਣ ਘਰ ਜਾ ਕੇ ਖਾਵਾਂਗੇ ਉਹਦਾ ਰਿਵਿਊ ਦੇਵਾਂ ਕੋਈ ਨਾ ਹੀ ਆਉਂਦਾ ਬਰਾਊਨੀ ਮੇਰੇ ਕੋਲ ਵੀ ਮੁੰਡਾ ਕਹਿੰਦਾ ਮੈਂ ਪ੍ਰਾਈ ਪੈਕ ਕਰਾ ਲਈ ਬਰਾਊਨੀ ਐਡਵੋਕੇਟ ਮੈਡਮ ਕੋਲ ਲੈ ਗਏ ਉਹ ਆ ਕਰੀ ਕਿ ਐਡਵੋਕੇਟ ਮੈਡਮ ਦੀ ਬਰਾਊਨੀ ਹੈ ਗੱਲ ਮੈਂ ਚੇਲਾ ਹਲੋ ਯਾਦ ਕਰੋ ਪ੍ਰਸ਼ਾਦ ਲੋ ਪ੍ਰਸ਼ਾਦ ਨੋਰਮਲ ਜਿੱਦਾਂ ਹੁੰਦੀ ਆ ਹਾਂ ਉਹ ਜਿਹੜੀ ਮਾੜੀ ਆ ਉਹਨੇ ਟੇਸਟ ਕਰਾਏ ਹੁਣ ਉਹ ਜਿਹੜੀ ਲਾਮ ਥੋੜਾ ਲਾ ਹਾਂ ਇਹ ਬਹੁਤ ਹੀ ਠੀਕ ਠਾਕ ਡੋਨਟ ਡੋਨਟ ਪਾ ਸਭ ਡੋਨਟ ਡੋਨਟ ਅੰਦਰ ਵੀ ਹਾਂ ਡੋਨਟ 100 ਰੁਪਇਆ ਲੱਗਦਾ ਨਹੀਂ ਹੈ ਨਾ ਚੱਲ ਲੁੱਟੀ ਜਾਂਦੇ ਚੌਧਰੀ ਇਹਨਾਂ ਨੂੰ ਜਿੱਦਾਂ ਇਹਨਾਂ ਦੀ ਕੋਸਟਿੰਗ ਘੱਟ ਆ ਇਹਨਾਂ ਨੂੰ ਥੋੜ੍ਹੀ ਚੀਜ਼ ਸਸਤੀ ਦੇਣੀ ਚਾਹੀਦੀ ਹੈ ਤਾਂ ਰਸ਼ ਪੈਂਦਾ ਵਾ ਡੂਹੋ ਡੂ ਮੈਂ ਤੁਹਾਨੂੰ ਅੰਦਰ ਕੁਝ ਸਟਫਿੰਗ ਹਾਂ ਉਹ ਡੋਨਟ ਅੰਦਰ ਵੀ ਕੁਝ ਪਾ ਹਾਂ
ਇਹ ਬੰਦਾ ਨਾ ਕਹਿੰਦਾ ਨੀ ਮੈਂ 5 ਸਟਾਰ ਵਾਲਾ ਸ਼ੈਫ ਹਾਂ ਕੰਟੀਨਿਊ ਦ ਰੈਸਟ ਆਫ ਵਲੌਗ ਅੱਜ ਡੈਨੀ ਤੇ ਮੋਮ ਜਾ ਰਹੇ ਆ ਆਪਣੇ ਮਾਮੂ ਹਾਊਸ ਕਹਾਂ ਜਾ ਰਹੇ ਮਾਮੂ ਹਾਊਸ ਡੈਨੀ ਨੰਨੀ ਅੱਜ ਕੱਲ੍ਹ ਡੈਨੀ ਗਾਈਸ ਬੋਲਣ ਲੱਗ ਪਿਆ ਪੈਸਾ ਪੈਸੇ ਦੇ ਦੋ ਪਾਪਾ ਕੋ ਮੰਨੀ 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 ਦੇ ਦੋ ਪਾਪਾ ਕੋ ਮੰਨੀ ਮੰਨੀ ਪਹਿਲੇ ਆਪਾਂ ਵੇਰਕਾ ਜੂਸ ਪੀਣ ਲੱਗੇ ਆ ਸ਼ੇਕ ਦੇ ਡੈਣੀ ਦੀ ਪਹਿਲੇ ਨੀਂਦ ਮਾੜੀ ਹੋਈ ਨੀ ਉਹਦੀ ਫਰੂਟੀ ਦੇ ਦੇ ਭਰਾ ਪਹਿਲੇ ਬੇਬੀ ਆ ਰਹੀ ਆ ਰਹੀ ਆ ਰਹੀ ਆ ਰਹੀ ਚੀਅਰਸ ਸ਼ਕਲ ਵੇਟ ਮੈਂ ਮਾਮੂ ਬਾਹਰ ਜਾ ਰਿਹਾ ਕੈਨੇਡਾ ਹੈ ਨਾ ਮਾਮੂ ਤੇਰੀ ਕਸਮ ਮੈਂ ਪੂਰੀ ਕੇ ਕੱਟ ਕੇ ਵੇਲੋ ਬਾਹਰ ਚਲੇ ਚਲੋ ਬੁਲਾਓ ਕਟੋਗੇ ਆਲੂ ਵਾਓ ਕਲੈਪਿੰਗ ਇਹ ਕਲੈਪਿੰਗ ਹੈ ਤਾਂ ਕਲੈਪਿੰਗ ਕਲੈਪਿੰਗ ਵਾਓ ਹੈਵ ਅ ਸੇਫ ਜਰਨੀ बीबी बड़ा तंग करता जान के की मैं जानता तेन हूं बीबी ने चुप कराउन दिया वा बीबी कोई चुप ना करे तो चंडा लाओ दो खिच के ढिल नु छड चल गया तू नहीं पहुंचा पासपोर्ट बना ले इंडोनेशिया कमाओ गाइस रीच डेट होम ते डैडी आंदे शैतानी यमी है कल दा दिन बहुत बड़ा दिन है इंडिया लई चंद्रयान 3 कल लैंड होएगा पता नहीं गाइस लैंड हुंदा कि नहीं हुंदा लेकिन हो जाना चाहिए कहिंदे यार रूस वाला उन्होंने तोड़ तूड़ दिता पता नहीं भज के वो ये साडा हाले भी घूमन दिया हो गया ਬੜੂ ਗੱਲ ਪਲਾ ਤੋ ਬਸ ਸਾਊਥ ਕੋਲ ਫਸਟ ਟਾਈਮ ਚੱਲਿਆ ਇੰਡੀਆ ਕੋਈ ਨਹੀਂ ਗਿਆ ਤਾਂ ਕਹਿੰਦੇ ਇੰਪੋਸੀਬਲ ਜਾ ਨਹੀਂ ਸਕਦੇ ਬਟ ਲੈਟਸ ਸੀ ਗਾਇਸ ਵੇਖਦੇ ਆ ਜੈ ਹਿੰਦ ਹਨੂੰ ਜੈ ਹਿੰਦ ਉਹ ਜੈ ਹਿੰਦ ਅਜਾ ਚੰਦਰਯਾਨ 3 ਵੇਖਣ ਦੇ ਆ ਤੇ ਬਾਕੀ ਦੇਰ ਜਦ ਤੱਕ ਹੋਏ ਬਸ ਹੁਣ ਲੈਂਡ ਹੋ ਹੀ ਜਾਵੇ ਹਮ ਤਾਂ ਨਾ ਲੈਂਡ ਹੋਏਗਾ ਲੱਗਦਾ ਲੈਂਡ ਹੋਊ ਪੱਕਾ ਤਮਾਮ ਮੇਰਾ ਲੈਂਡ ਹੋਏ ਬਸ ਹੁਣ ਲੈਂਡ ਹੋ ਜੀ ਇੰਡੀਆ ਫੇਰ ਬੱਲੇ ਬੱਲੇ ਹੋਣੀ ਨੇ ਲੈਟਸ ਸੀ ਕੀ ਬੰਦਾ ਅਰੇ ਇਹ ਕੀ ਬਣੇਗਾ ਲੈਂਡ ਹੋਗਾ ਕਿ ਨਹੀਂ ਹੋਵੇਗਾ हनु क्लैपिंग गाइस फाइनली चंद्रयान 3 सक्सेसफुल हो गए गाइस मैं बड़े खुश हां हनु डांस कर दो डांस ही क्लैपिंग करो ये जी हां आप अपनी स्क्रीन पे देख सकते हैं कि हम पाव लैंडर मॉड्यूल गाइस दिस इज नेक्स्ट डे ना मॉर्निंग कल चंद्रयान जो लैंड हो गया ਪੱਲਾ ਸਾਹਿਬ ਮੈਂ ਬਿਜ਼ੀ ਥੋੜ੍ਹਾ ਜਿਹਾ ਪੱਲਾ ਸਾਹਿਬ ਨੇ ਪਰ ਮੈਨੂੰ ਮੈਸੇਜ ਆ ਗਿਆ ਕਿ ਹੋ ਗਿਆ ਲੈਂਡ ਫਿਰ ਗਾਈਜ਼ ਪ੍ਰਾਊਡ ਮੂਮੈਂਟ ਆ ਇੰਡੀਆ ਲਈ ਵੀਡੀਓ ਤਾਂ ਚਲੋ ਲੇਟ ਹੋ ਗਈ ਹੈ ਹੁਣ ਡੈਣੀ ਹੁਣ ਫਿਰ ਆਪਾਂ ਨਾਨੀ ਵੱਲ ਚੱਲੇ ਨਾਨੀ ਠੀਕ ਨੇ ਜੈ ਬਾਬਾ ਹਨੂੰ ਕਰੋ ਜੈ ਬਾਬਾ ਕਰ ਦਿਓ ਜੈ ਬਾਬਾ ਹਨੂੰ ਹਨੂੰ ਜੈ ਜੈ ਬਾਬਾ ਕਰੋ ਕਿੰਨਾ ਸੋਹਣਾ ਬੋਲਦੇ ਜਾਣ ਕੇ ਚੋਦ ਨਹੀਂ ਜਦੋਂ ਪਤਾ ਚੱਲ ਜਾਵੇ ਵੀਡੀਓ ਬਣਨ ਦੀ ਇਹਨੇ ਜਾਣ ਕੇ ਨਹੀਂ ਕਰਨਾ ਇਹ ਕਿਹਾ ਹਨੂੰ ਰੋਡ ਰੋਡ ਦੇਖੋ ਫਿਲਮ ਆਈ ਅੱਜ ਰੋਡ ਇਹ ਕਿਹਾ ਰੋਡ ਇਹ ਕਿਹਾ ਬਸ ਬਸ ਬਸ